ਸਵਾਗਤ ਹੈ ਜੀ ਤੁਹਾਡਾ ਲਾਈਫ ਵਿਦ ਸਿਮਰਜੀਤ ਬੁੱਟਰ ਚੈਨਲ ਤੇ। ਅੱਜ ਬਰਸੀਨ ਦਾ ਕਿਆਰਾ ਤਿਆਰ ਕੀਤਾ ਤੇ ਨਾਲ ਸਬਜ਼ੀ ਦਾ ਵੀ ਬਣਾਉਨੇ ਆ ਕਿਆਰੀਆਂ ਤੇ ਦਿਖਾਉਨੇ ਤੁਹਾਨੂੰ ਸੁਹਾਗਾ ਮਾਰੀਆਂ ਦਾ ਸੁਹਾਗਾ। ਇੱਕ ਸਾਈਡ ਤੇ ਆਪਾਂ ਬਰਸੀਨ ਸਬਜ਼ੀ ਦੀਆਂ ਕਿਆਰੀਆਂ ਪਾਲਾਂਗੇ। ਝੋਨਾ ਤਾਂ ਹੀ ਵੱਢਿਆ ਗਿਆ ਸਾਰਾ ਮੰਡੀ 'ਚ ਪਿਆ ਹੈ। ਦੇਖੋ ਹੁਣ ਕਿੱਦਾਂ ਤਲੂਗਾ, 2-3 ਦਿਨ ਹੋ ਗਏ ਮੰਡੀ 'ਚ ਪਏ ਨੂੰ, ਫਿਰ ਪਤਾ ਲੱਗੂ ਝਾੜ ਸਹੀ ਕਿੰਨਾ ਨਿਕਲਿਆ। ਜੀ ਬਰਸੀਨ ਵਾਲਾ ਕਿਆਰਾ ਵੀ ਤਿਆਰ ਹੋ ਗਿਆ ਤੇ ਅੱਜ ਰੀਪਰ ਵਾਲਾ ਵੀ ਆ ਗਿਆ। ਆ ਮਾਰੀ ਜਾਂਦਾ ਰੀਪਰ ਬਾਈ ਤੇ ਆਪਾਂ ਸਬਜ਼ੀ ਲਾਈ ਜਾਂਦੇ ਹਾਂ, ਸਬਜ਼ੀ ਨੂੰ ਵੀ ਥਾਂ ਬਣਾ ਕੇ ਤੇ ਲਾਉਣੀ ਸ਼ੁਰੂ ਕਰਤੀ ਆ। ਇੱਥੇ ਲਾਏ ਆਲੂ ਮੂਹਰੇ, ਕੋਈ ਲਾਤਾ ਹੀ ਲਸਣ ਲਾਇਆ ਆਪਾਂ ਕਿ ਵੱਟਾਂ 'ਤੇ। ਪਿਛਲੀ ਵਾਰੀ ਵੀ ਵੱਟਾਂ 'ਤੇ ਲਾਇਆ ਸੀ ਅਤੇ ਗੰਢਾ ਬਹੁਤ ਵਧੀਆ ਮੋਟਾ ਬਣ ਜਾਂਦਾ ਵੱਟਾਂ 'ਤੇ ਲਾਉਣ ਨਾਲ। ਇਹ ਤੁਕਾਂ ਪਾਲਕ ਅਤੇ ਮੇਥੀ ਲਾਤੀ, ਫਿਰ ਧਨੀਆ ਹੈ, ਧਨੀਆ ਵੀ ਲਾਤਾ ਸਾਈਡ ਵੱਟਾਂ 'ਤੇ, ਮੂਲੀਆਂ ਵਾਲੀਆਂ ਲਾਤੀਆਂ ਅਤੇ ਗਾਜਰਾਂ ਵੀ ਲੱਗ ਗਈਆਂ, ਆਲੂ ਵੀ ਲਾਤੇ। ਘਰ ਦੇ ਖਾਣ ਜੋਗੀ ਆਪਾਂ ਸਬਜ਼ੀ ਲਾਤੀ ਆ, ਗੋਭੀ ਦੂਜੇ ਪਾਸੇ ਲਾਈ ਵੀ ਆ, ਪਨੀਰੀ ਲਿਆ ਕੇ ਉਹਦਾ ਕਈਆਂ ਦਿਨਾਂ ਦੀ ਲਾਈ ਵੀ ਆ, ਉਹ ਵੀ ਦਿਖਾਉਂਦੇ ਹਾਂ ਚੱਲ ਕੇ। ਉਹ ਬਾਈ ਵੱਢੀ ਜਾਂਦਾ ਕਰਚੇ, ਬਸ 4 ਕਿੱਲੇ ਰਹਿ ਗਏ, 4 ਕਿੱਲੇ ਵੱਢਤੇ ਬਾਈ ਨੇ। ਲੈਟ ਆਈ ਨਹੀਂ, ਪਾਣੀ ਥੋੜ੍ਹਾ ਖੜਾ ਸੀਗਾ ਆਪਣੇ ਚਲੇ ਜੇ 'ਚ, ਪਸ਼ੂਆਂ ਵਾਲੇ 'ਚ, ਉਹ ਛੱਡ ਕੇ ਇਕੱਲੀ ਲਸਣ ਨੂੰ ਲਾਤਾ। ਬਾਕੀ ਇਹਨੂੰ ਦੂਜੀ ਸਬਜ਼ੀ ਨੂੰ ਲਾਵਾਂਗੇ ਜਦੋਂ ਲੈਟ ਆਈ, ਨਾਲੇ ਬਰਸੀਨ ਦਾ ਕਿਆਰਾ ਬੀਜਾਂਗੇ। ਉੱਧਰ ਹਜੇ ਪੱਠੇ ਖੜ੍ਹੇ ਆ, ਉਹ ਪੱਠੇ ਵੱਢ ਕੇ ਅਤੇ ਉਹ ਵੀ ਵਾਹਣ, ਬਸ 1-2 ਕੁ ਦਿਨਾਂ 'ਚ ਤਿਆਰ ਕਰ ਦੇਣਾ, ਉੱਧਰ ਵੀ ਬਰਸੀਨ ਬੀਜ ਦੇਣਾ। ਜੀ ਵੀਡੀਓ ਮੇਰੀ ਇੱਥੋਂ ਤੱਕ ਸੀ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਹੋਰ ਨਵੇਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।